ਕਿੰਨੂੰ ਖਾਈਏ ਸਾਨੂੰ ਇਨਸਾਨ ਓ ਇਨਸਾਨ ਚਾਹੀਦੇ ਨੇ ਓਏ ਓ ਕਾਹਨੇ ਤੁਹਾਨੂੰ ਨਹੀਂ ਇਨਸਾਨ ਦੇਣਾ ਕਿਉਂ ਓ ਤੁਸੀਂ ਸੈਂਟਰ ਚ ਖਾ ਲਾ ਪੈਨੇ ਓ ਗਲਫੋ ਕੀ ਖਿੱਚ ਲੈਂਦੇ ਹੋ ਬੰਦੇ ਓ ਜਿੰਗਾ ਲਾਲਾ ਸਾਹਿਬ ਹਾਂ ਜਿਹਦੀ ਅੱਲਾ ਵੱਲੋਂ ਕਟੀ ਹੋਏਗੀ ਹਾਂ ਓ ਆਪ ਸਾਡੀ ਇੱਥੇ ਆ ਜਾਏਗਾ ਤੇ ਅਸੀਂ ਉਹਦਾ ਚੀਰ ਫੜ ਕਰ ਦੇਵਾਂਗੇ ਓ ਸਾਡੇ ਬੱਚੇ ਭੁੱਖੇ ਮਰ ਚੱਲੇ ਇੱਥੇ ਹੈ ਕਿਤੇ ਕਦੋਂ ਆਣਗੇ ਕਦੋਂ ਸਾਡੀਆਂ ਖੁਰਾਕਾਂ ਪੂਰੀਆਂ ਹੋਣਗੀਆਂ ਫਲ ਸਾਨੂੰ ਨਹੀਂ ਖਾਣ ਦਿੰਦੇ ਬਾਂਦਰ ਕਹਿੰਦੇ ਨੇ ਸਾਡਾ ਹੱਕ ਹੈ ਮੈਂ ਕਹਿੰਦਾ ਤੁਹਾਡੇ ਲਈ ਕੋਈ ਸੱਪ ਲੈ ਆਵਾਂ ਓ ਸੱਪ ਕੀ ਕਰਨੇ ਅਸੀਂ ਇਨਸਾਨਾਂ ਨਾਲ ਲੱਗੇ ਆ ਆਇਓ ਖਾਇਓ ਦਾ ਪੁੱਤਰ ਖਾਇਓ ਜੋਗੀ ਆਇਆ ਦੁਆਰੇ ਤੁਹਾਡੇ ਅੱਛਾ ਜੀ ਹਾਂ ਅੱਜ ਪੂਰਨ ਮਾਸੀ ਦੀ ਰਾਤ ਹੈ ਅੱਛਾ ਅੱਜ ਸਭ ਤੇ ਸਪਰੀ ਇਨਸਾਨ ਬਣ ਜਾਣਗੇ ਤੁਹਾਨੂੰ ਪਤਾ ਹੈ 100 ਸਾਲ ਦੇ ਬਾਅਦ ਹਾਂ 100 ਦੇ ਸਭ ਤੇ ਸਪਰੀ ਇਨਸਾਨ ਬਣ ਜਾਂਦੇ ਨੇ ਫਿਰ ਯਾ ਜਰੂਰ ਮੈਂ ਫੜ ਲਵਾਂਗਾ ਹਾਂ ਫਿਰ ਮੇਰੀ ਦੁਨੀਆ ਦਾ ਰਾਜ ਹੋਏਗਾ ਅੱਛਾ ਜੋ ਕਹੋਗੇ ਉਹ ਹੋਏਗਾ ਓ ਸਗੋ ਚੰਗਾ ਮੇਰੇ ਨਾਨੀ ਨਾਨਾ ਮਰੇ ਹੋਏ ਮੈਂ ਉਹਨਾਂ ਨਾਨੀ ਨਾਨੇ ਦੀ ਜਗ੍ਹਾ ਦੇ ਦਾਂਗਾ ਆਹ ਹਾ 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 ਬੱਚਾ ਤੁਹਾਨੂੰ ਕੀ ਚਾਹੀਦਾ ਮੈਨੂੰ ਦੱਸੋ ਸਾਨੂੰ ਕੀ ਚਾਹੀਦਾ ਸਾਨੂੰ ਇਨਸਾਨ ਚਾਹੀਦੇ ਨੇ ਸਾਡੀ ਖੁਰਾਕ ਖਤਮ ਹੁੰਦੀ ਜਾ ਰਹੀ ਹੈ ਓ ਜੋਗੀ ਬਾਸ਼ਾ ਸਾਡੇ ਨਾਲ ਧੋਖਾ ਨਾ ਕਰੀ ਨਹੀਂ ਤੇ ਅਸੀਂ ਤੇਰੀ ਰੱਤ ਨੂੰ ਜੂਸ ਸਮਝ ਕੇ ਪੀ ਜਾਣਾ ਹੀ ਪੀ ਲਵਾਂਗੇ ਅਸੀਂ ਧੋਖਾ ਨਹੀਂ ਕਰਾਂਗੇ ਇਨਸਾਨ ਦਾ ਸੇ ਮੁੱਕਦੇ ਜਾ ਰਹੇ ਨੇ ਆਹੋ ਜੋਗੀ ਸਾਹਿਬ ਜੋਗੀ ਬਾਸ਼ਾ ਜੋਗੀ ਬਾਸ਼ਾ ਕੁਛ ਐਸਾ ਕਰੋ ਮੈਂ ਸੋਵਾਂ ਆਪਣੇ ਘਰ ਤੇ ਉੱਠਾਂ ਤੁਹਾਡੇ ਹਲੇ ਆਹਾ ਬੱਚਾ ਆ ਲਾਂਦੀਆ ਲਾਲਤ ਤੇਰੇ ਤੇ ਜੋਗੀ ਬਾਸ਼ਾ ਹਾਂ ਗੱਲ ਇਹ ਵੇ ਅੱਜ ਕੱਲ ਦੇ ਇਨਸਾਨ ਵੀ ਇੱਕ ਸਾਹਬ ਦੇ ਬਲੈਲਰ ਹੋ ਗਏ ਨੇ ਪਹਿਲੇ ਇਨਸਾਨ ਦੇਸੀ ਖੁਰਾਕਾਂ ਖਾਂਦੇ ਸਨ ਉਹਨਾਂ ਨੂੰ ਖਾਣ ਦਾ ਮਜ਼ਾ ਆਉਂਦਾ ਸੀ ਅੱਜ ਕੱਲ ਬਰਗਰ ਪੈਪਸੀਆਂ ਖਾ ਕੇ ਅਜੀਬ ਮਸ਼ੀਨੀ ਜੇ ਹੋ ਗਏ ਨੇ ਆਹੋ ਭੁੱਖ ਹੀ ਨਹੀਂ ਲੱਗਦੀ ਤੇਰਾ ਆਪਣਾ ਢਿੱਡ ਦੇਖੋ ਬਰਗਰ ਖਾ ਖਾ ਕੇ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਇਨਸਾਨ ਦੇਵਾਂਗਾ ਆਓ ਮੇਰੇ ਨਾਲ ਚਾੜੀ ਵਿੱਚ ਲੁਕ ਜਾਈਏ ਤੇ ਦੇਖੀਏ ਤਮਾਸ਼ਾ ਠੀਕ ਹੈ ਆਜੋ ਆਓ ਜਿਨ੍ਹਾਂ ਦੀਆਂ ਕੁੜੀਆਂ ਨੂੰ ਖਵਾਉਂਦੇ ਨੇ ਉਹ ਮੇਰੇ ਨਾਲ ਹੈ
बहुत अच्छे साहब जी तानू रिश्ता दे दे क्यों मेरे च किस चीज का वादा किस चीज का ₹10 रुपया ले आड़ू जा काम कर अगली दुकान ते जा सिर्फ खीरे बिकते रिश्ता दे दे रिश्ता दे दे तानू रिश्ता देना चंगा सी कुड़ी पखे ना बन के मार दई ते पखे ना बन के मार दे हां जिनी वारी पति जांदी किनिया में होगे किनिया ओ भाई ओ मेरे ना ब्याह दे मैं यूपीएस लवाया और एंडे साडे को जनरेटर ए वेते से खीरा टाइप बंदा करदा की जा काम कर एनु का पैसे देवे ए गल सुना ब्याह 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 ए ब्याह हो गया ते सुहाग नाल नु कुंडी किवें लाएगा मेरे मुंह लग पा दस जवाब देना ਔਰ ਮੇਰੇ ਭਤੀਜੇ ਆਣਗੇ ਉਹਨਾਂ ਨੂੰ ਮੈਂ ਦੱਸ ਦਿਆਂਗਾ ਕਿਸ ਪਹੁੰਚ ਜਾਏਗਾ ਚੱਲ ਇਹਨੇ ਇੰਜ ਨਹੀਂ ਮੰਨਦਾ ਉਹ ਲੈ ਜਾ ਅਮੀ ਲੈ ਜਾ ਤੂੰ ਕਿਹ ਘਰ ਕਿੰਨੇ ਵਜੇ ਜਾਣਾ ਅੱਜ ਮੈਂ ਘਰ ਜਾਣਾ ਹੀ ਨਹੀਂ ਮੇਰੇ ਤੇ ਨਾ ਰਹੀ ਮੇਰੇ ਤੇ ਨਾ ਰਹੀ ਦਾ ਕੀ ਮਤਲਬ ਸਾਹਿਬ ਜੀ ਓਏ ਆਹੋ ਤੂੰ ਚਾਹੇਗਾ ਕਿ ਰੋਟੀ ਪਾਣੀ ਪਹੁੰਚ ਜਾਏਗਾ ਨਹੀਂ ਚਲੋ ਰੋਟੀ ਪੈਸੇ ਓਏ ਮੇਰੇ ਘਰ ਸੁਣ ਮੁੰਡੇ ਆਉਂਦੇ ਨੇ ਨਾ ਉਹਨਾਂ ਨੂੰ ਬੈਂਕ ਭੇਜ ਸਮਝ ਗਿਆ ਨਾ ਤਮੀਜ਼ ਨਾਲ ਗੱਲ ਕਰ ਤਮੀਜ਼ ਨਾਲ ਇਹਨੂੰ ਤਮੀਜ਼ ਨਾਲ ਤਮੀਜ਼ ਸੁਣਾਈ ਜਾਂਦੇ ਆ ਸਾਨੂੰ ਅਸੀਂ ਫੈਕਟਰੀ ਦੇ ਮਾਲਕ ਆ ਮੇਰੇ ਭਤੀਜੇ ਫੈਕਟਰੀ ਬਣਾ ਰਹੇ ਨੇ ਫੈਕਟਰੀ ਬਣਾਉਣ ਦੇ ਨੇ ਮੇਰੇ ਭਤੀਜੇ ਫੈਕਟਰੀ ਦੇ ਮਾਲਕ ਨੇ ਯਾ ਕੰਮ ਕਰ ਅਗਲਾ ਉਹਨਾਂ ਦਾ ਅਮੀਰ ਹੈ ਹਾਂ ਮੇਰੀਆਂ ਕਿਹੜੀਆਂ ਦੁਬਈ ਜਾ ਕੇ ਭੈਣਾ ਡਾਂਸ ਕਰਕੇ ਆਉਂਦੀਆਂ ਨਹੀਂ ਦੁਬਈ ਜਾਣ ਦੀ ਕੀ ਲੋੜ ਇੱਥੇ ਵੀ ਇੱਥੇ ਵੀ ਕੀ ਮਤਲਬ मेरे भतीजा जिन्हें कुड़िया पैसे वापिस बंदा दस
अपनी सेहत वेख सियासतदान शेख रशीद तेरे नाल वड्डा सिगार पींदा ही ऐसे बंदे नाल कर दे ना तेरा गुजारा भी हो जाए आप शेर ना कराया उन्हें तेन वैसे रौले च पाई रखना चलो ऐसा करो इमरान खान के साथ करा दो इमरान खान ना करा तो उन्हें भी रौला पा देना उन्हें जेहो जी तू आया उन्हें कहा मियाँ साहब यहाँ भी धांधली हमने चाहता नया पाकिस्तान बनाएंगे यहाँ तो नई लड़कियां बनानी पड़ेंगी किसी पहलवान के साथ करा दो पहलवान दी काची तेरे नाल बहुत ही मिठी होंगी ਗੁਜਰਾਲੀ ਸਾਈਡ ਤੇ ਜਾ ਕੇ ਵੇਖ ਭਲਵਾਨ ਹੁੰਦੇ ਕਿਹੜੇ ਕਿਹੜੇ ਉਹਨਾਂ ਕਹਿੰਦਾ ਤੇਰੀ ਖਾਰ ਉਹ ਪਈ ਹੋਣਾ ਤੂੰ ਇਹ ਜਿਹੜੀ ਮੋਟੀ ਉਹਨਾਂ ਦੀ ਉਂਗਲ ਹੁੰਦੀ ਹੈ ਇਹ ਸਰਗੋਧੇ ਵਾਲੀ ਸਾਈਡ ਤੇ ਤੇਰਾ ਵਿਆਹ ਹੋ ਗਿਆ ਨਾ ਲੇਲਾ ਚੈੱਕ ਕਰਨ ਲੱਗਿਆ ਮੀਨਣਾ ਕੱਢ ਦਿੰਦੇ ਨੇ ਉਹਦੀ ਐਵੇਂ ਮੂੰਹ ਭਰ ਕੇ ਕਹਿੰਦੀਆਂ ਫਲਾਣੇ ਬੰਦੇ ਨਾਲ ਕਰਾ ਦਿਓ ਪਹਿਲੇ ਆਪਣਾ ਵੇਖ ਆਪਣੇ ਆਪ ਵੇਖ ਕਹੀਂ ਔਰ ਕਰਾ ਦਿਓ ਔਰ ਤੇਰਾ ਵਿਆਹ ਹੋ ਸਕਦਾ ਡਿਫੈਂਸ ਵਾਲੀ ਸਾਈਡ ਤੇ ਅੱਛਾ ਇਹ ਜਿਹੜੇ ਮੰਮੀ ਡੈਡੀ ਬੱਚੇ ਨਹੀਂ ਹੁੰਦੇ ਇਹ ਜਿਹਨਾਂ ਨੇ ਥੱਲਿਓਂ ਵਾਲ ਕਟਵਾ ਕੇ ਉੱਤੋਂ ਸ਼ੁਤਰਪੁਰਗ ਜਿਹਾ ਬਣੇ ਹੁੰਦੇ ਨੇ ਹਲਕੀਆਂ ਹਲਕੀਆਂ ਪੈਂਟਾਂ ਨੀਵੀਆਂ ਆਉਂਦੀਆਂ ਪਿੱਛੋਂ ਮਾਂਗ ਨਜ਼ਰ ਆ ਰਹੀ ਹੁੰਦੀ ਅੰਗੜਾਈ ਲੈਣ ਲੱਗੇ ਸਾਰੀ ਛੱਡ ਉੱਤੇ ਕਿਉਂਕਿ ਮਾਮਾ ਹੁਸੈਨ ਨੇ ਬਹੁਤ ਅਪਸੈਟ ਕੀਆ ਮੈਂ ਤਾਂ ਸੋ ਹੀ ਨਹੀਂ ਸਕਾ ਇਨਸਲਟ ਨਾ ਕਰੋ ਮੇਰੀ ਸਮਝ ਆਈ ਹੈ ਤੁਮੇ ਪਤਾ ਮੈਨੂੰ ਤੁਮ ਸੇ ਇਸ਼ਕ ਹੋ ਗਿਆ ਜਦ ਸੇ ਮੈਨੂੰ ਪਤਾ ਚਲਾ ਤੁਹਾਡੇ ਪਾਸ ਬਹੁਤ ਪੈਸਾ ਹੈ ਸੱਚੀ ਮੁੱਚੀ ਮੈਨੂੰ ਵੀ ਪਤਾ ਚਲਾ ਉਹ ਬੈਂਕ ਸੇ ਲੋਨ ਲਿਆ मेरा यार जिगरी यार आज पता लगा तू मेरा सच्चा यार है मशहूर मेरी यमन खुले तू जी है जो ना जब कर ली एक्स्ट्रा चिटिए गलत सोच रहे हो तुम गलत जब मिस नहीं है मैंने धोखा दे लिए वो बगैर तो तेरे शर्म नहीं आई वो अपने यार दी मशहूर दे ना तू जबन कटीटा करना जा रहे हैं शुगर मेला करना जा रहे हैं ये बकवास कर रहे हैं तू मजाक कर रहे हैं साढ़े ते शक ना कर साढ़े ते यकीन कर असी ऐसे नहीं मेरा यार है मैं समझा रहा सा मैं मेरा यार इंसान हो तुम गलत सोच रहे हो आरफ लोहार दे चिमटे मैं आप देखे है डड्डा पेड़ लोहार दा चिमटा डड्डा हुंदा ते ओ चिमटी जना कड़ी ठीक करी दी बस कर बेगैरत कमीने कुत्ते ਕਰ ਰਹੇ ਹੋ ਤੁਮ ਤੂੰ ਕੀ ਕਰ ਰਹੇ ਹੋ ਤੁਮ
जो तुम इसे क्वाली सिखा रहे थे। हाँ जी, तू अपने लो बदला ले रही है। हाँ जी, शर्म नहीं आती। तुम जो करोगे मैं उसे डबल ची फरकते करूंगी। डबल ची फरकते करोगी? शर्म नहीं आती? नहीं आती। फरकता कर रही है? फिर ना केड़े वादा कीते ने तू? मेरे लिए कसमा खादी ने तू? एक गैर मर्द दे नाल, ओ भी मकरू बंदे दे नाल। मकरू मैं गड्ढा चो निकले आ। अबे सुकी जी, मेरे लिए सुकी नु छेड़ रहे आ। बस मजा जिंदगी दे। तेरी फिक्र नु कोई और एंजॉय करेगा? मैं कभी सोचा भी नहीं सी। अच्छा, तो तुम्हें तुम्हारे साथ भी कोई और एंजॉय करेगा? ये मैंने भी नहीं सोचा था। मेरी जिंदगी तो टेंशन क्यों ले रही है? नहीं लगी तुम्हें मेरा दिल टूट गया इकरा, मेरा दिल टूट गया। तेरा दिल टूट गया? मेरा भी बाईपास होने वाला है। कल तो पीना शुरू हो रहा रमजान का, अज ही दो दिन ने बस जेड़े लेने मजे लवो। हेलो, हाय विक्की। हाँ जी विक्की, एक कुड़ी मेरे नाल भी पा देना, केड़ा तेरी भैन निकल चली सी? पिस्टल घर छड़ के जाएगा, फिर अपनी फैक्ट्री चलो कि जाके बारबेक्यू पार्टी करने। चलो जाओ, जाके रेडी होवो। हम जा रहे हैं, हम पैकिंग कर रहे हैं। ठीक है, हम लोग आ जाओ। अच्छा ठीक है, हम पैकिंग कर रहे हैं, जल्दी आ जाना। इकरा ड्रेस रख के। हेलो इकरा, ओ थोड़ा सा गर्दा ले दी है, जरा निकर पा इसे टैटू बना लो जी। जो भी है, ये 3 दिन बाद किथों आया भाई तू? लो ओ चाचा जी, इस्लामाबाद गए सा, तो मशीनरी लेनी सी अपना फैक्ट्री वास्ते, वो लेके आए। रास्ते जरा सानू थोड़े लेट हो गया। लेट हो गया? बैंक का अफसर इतने आके बड़ा बोल के गया। और मैनेजर लालची लिया बंदा है, जो तो चंगी भली साड़ी गल हो गई सी, लोन अपना ले लिया चाचा तू तो रौला पा चल खातर शादी नहीं की।
चाचे ने तेरी खातर शादी नहीं की थी। तुम लोग कातल हो। तुम कातल हो। तुमने कतल किया है। तुम भी कातल हो। उसी कदी पेतनी मारी बंदा कि मार रहा है। तुम भी कातल हो। वो केड़ा कतल की था भाई। तुमने इच्छा तारी नाक को मारा है। तारी नाक को नाक नो। हाँ। ऐने मारे पापा ने मारे ऐसे जोगी पापा। असली नहीं मारे ऐसे जरा नाल सा गोली ने चलाई सी जंगल। अरे तुम्हें इतने नहीं पता। इच्छा तारी नाक और नागन 100 साल के बाद इंसानी रूप में आते हैं। और उस दिन पूर्णमासी की रात थी। उसी दिन तुमने गोली मार के उस नाग को मार दिया। अच्छा पूर्णमासी की रात से। हाँ। नाग तो नाग ने इंसानी रूप जाना। हाँ। लाख लाना तेरे ते बगैरता अगले अपना एंजॉय करने से तेरे पिस्तौल ने सानू भी मरवाता ही नाल। नहीं छोड़ेगी बचा इसलिए जो उसका टसा हुआ पानी भी नहीं मांगोगे तुम क्योंकि तुमने उसके सांप को मारा है। इंसानियत के नाते मैं तुम्हें एक मशवरा देता हूँ। इस घर से बाहर मत निकलना। वो क्यों? वो कहीं भी डस सकती है तुम्हें मूर्ख। बाथरूम तक नहीं जाना। अगला पार्टी साले बाबा जी सी बाथरूम भी नहीं जा सकते। नहीं 100 रुपये के शापर ले आ दो। तू मिठे बेचना जरा बेना जरा होवे। हां और इंसानियत के नाते एक और बात बता रहा हूँ। क्या बाबा जी? जितनी हो सकती है तौबा कर लो। मेरी तौबा कर लो। तुम भी तौबा कर लो। अरे तुम लोग साथ से पूरे तुम्हें शायद नहीं मालूम वो तुम्हें भी नहीं छोड़ेगी। मैंने कंजली जाए तुम ऐसे मत कहो। तुम लोग तौबा कर लो और तुम कलमा पढ़ लो। बाबा जी किसे रूप में भी आ सकती है? वो तुम्हारी माशूक के रूप में आ सकती है। तुम्हारी बहन के रूप में आ सकती है। बहन के रूप क्यों नहीं आ सकती? ਜਿਹੜਾ ਪੁੱਤਰ ਉਹਦੀ ਮਸ਼ਹੂਰ ਕਰਨ ਨੇ ਮੇਰੀ ਭੈਣ ਕਰਨ ਲਿਆ। ਇਹ ਮੇਰੇ ਨਾਗਨ ਹੈ। ਤੂੰ ਬੜਾ ਖੂਬਸੂਰਤ ਹੋ ਇਸ ਲਈ ਤੁਮੇ ਕਹਾ ਹੈ। ਤੇਰੀ ਅੰਮੀ ਦੇ ਰੂਪ ਚ ਵੀ ਆ ਸਕਦੀ। ਔਰ ਤੁਹਾਰੇ ਤੋਂ ਬਾਪ ਦੇ ਰੂਪ ਮੇ ਆ ਸਕਦੀ ਹੈ ਉਹ। ਲੈ ਇਹਦਾ ਬਾਪ ਹੈ ਹੀ ਨਹੀਂ। ਉਹ ਤੁਮੇ ਬਤਾਏਗੀ। ਉਸ ਦਾ ਦਸਾ ਹੋਆ ਤੁਮ ਪਾਣੀ ਵੀ ਨਹੀਂ ਮੰਗੋਗੇ। ਤੌਬਾ ਕਰ ਲੋ। ਤੌਬਾ। ਔਰ ਤੇਰਾ ਬੇੜਾ ਕਰਨ ਤੋਂ ਵਿੱਚ मानो जट कर देंगी वट। अच्छा कपड़े इस्त्री करनी है। हेलो गुलाब लै बैठा कर बैठे हो। सानू तेरा है शबाब लै बैठा। सानू जदों भी आई तेरी याद मैं दोपहरे शराब लै बैठा। किन्नी पीती है ते किन्नी रह गई है सानू ते एहो ही हिसाब लै बैठा। लंडा आम होया कंजर भी नवाब थी गया। सानू नवाब भी कीता ही ते लंडे दा। जिस इलाके च रहनी उथी रहिंदे जवान मुंडे ने। इथे मेनू कोई टेंशन नहीं हैगी। ओ शाबाश 12 बजे तो बाद मैं आप मुंडा वा। अच्छा जी मुछा निकल आनी। अच्छा गल सुन जी।
ਉਹਨਾਂ ਦੇ ਕੱਪੜੇ ਤੋੜੇ ਨੇ ਉਹਨਾਂ ਦਾ ਖਾਣਾ ਬਣਾਣਾ ਹੈ ਸਾਰੇ ਭਾਂਡੇ ਮਾਰੇ ਤੁਸੀਂ ਟੈਨਸ਼ਨ ਨਾ ਲਓ ਹੈ ਬੇ ਫਿਕਰ ਰਹੋ ਵਾਕਈ ਹਾਂਜੀ ਹੋ ਮੈਂ ਮਰ ਗਿਆ ਮੇਰੀ ਤਾਂ ਹੋ ਮੇਰੀ ਦਵਾਈ ਲਿਆਓ ਹੈ ਤੁਸੀਂ ਵੀ ਦਵਾਈ ਤੇ ਲੱਗੇ ਹੋ ट्रक कूड़े दा चला गया ते चूड़ा इथे रह गया मुसलमाना तौबा कर लो छड़ दो गलत कम कोई ना गलत मारो छड़ दो ना औरतों का पिछा ए जहन्नम च ला जाएगियां तुहानू आओ मेरे मुर्शदा का मेला ऐसा ऐसा खुसरा आया है अल्लाह ने केड़े पासे टुरता है चल इस बहाने मुसलमान तो आया तू अल्लाह वाले और टाइम बहुत कट जे क्यों जी आओ फिल्म देख के आइए अल्लाह को माफी मांग ला तेरा बेड़ा गर्क होवे तेरा खाना खराब तेरी वजह से फंसे हुए हैं नहीं तो 10 साल बाद नेक होना सी उन्हें नेक हो गए सब और नागर आके मार दे की करांगे ते खाना खराब हो गया अल्लाह वाले केड़े पासे टुरले असि तुहाडे घर वाले पासे टुरले केड़े पासे टुरना तेरी फुफी वाले पासे टुर पे आ ਰਾਇਵੰਡ ਚਲੀਏ ਸਾਲਿਆ ਰਾਇਵੰਡ ਆ ਸਾਲਾ ਟੋਪੀ ਪਾ ਕੇ ਵੀ ਯੂਤੀ ਲੱਗਦਾ ਮੈਂ ਤਾਂ ਯੂਤੀ ਲੱਗਣਾ ਤੂੰ ਇੰਡੀਆ ਦਾ ਮੂਤੀ ਲੱਗਣਾ ਓਏ ਉਮਰ ਭਾਈ ਬਾਜੋ ਬੇੜੇ ਗਰਗ ਹੋ ਗਏ ਨੇ ਨਾਗਰਾਂ ਨੇ ਲੈ ਦੇ ਗਈਆਂ ਸਾਨੂੰ ਸ਼ੁਕਰ ਕਰੋ ਪਾਰਟੀਆਂ ਨੇ ਕੀ ਭਾਈ ਭਾਈ ਵੀ ਕੀ ਹੈ ਉਹ ਜਾੜੇ ਲੱਗੇ ਹੀ ਹੋਵੇ ਮਾਮਾ ਕੈਸਰ ਸੁਣਾ ਲਾ ਨੂੰ ਦੱਸ ठाकुर वाली बाहां हो जाए साले मेरे स्टेप गोविंदे वाले ने
ਕੰਜਰਾ ਤੇ ਆਪ ਹੈ ਗੱਡੀ ਦਾ ਬੰਪਰ ਸਾਫ ਕੀਤਾ ਹੈ ਮੈਂ ਤੇ ਨਹੀਂ ਸੀ ਕਰਨਾ ਮੈਨੂੰ ਕਿਸੇ ਕੰਜਰ ਨੇ ਕਿਹਾ ਸੀ ਤੈਨੂੰ ਮੈਂ 150 ਵਾਰੀ ਸਮਝਾਇਆ ਇਹਦੀਆਂ ਸਾਰੀਆਂ ਨਾ ਮੰਨਿਆ ਕਰ ਮੈਂ ਸੋਚਿਆ ਸੀ ਇਸ ਘਰ 'ਚ ਜਵਾਨ ਤਿੰਨ ਮੁੰਡੇ ਰਹਿੰਦੇ ਨੇ ਕਿਹੜੇ ਜਵਾਨ ਮੁੰਡੇ ਰਹਿੰਦੇ ਨੇ ਇਹ ਸਾਲੇ ਮੌਤ ਦੇ ਖੂਹਾਂ ਦੇ ਨੱਚਦੇ ਨੇ ਹਾਂ ਹਾਏ ਬਾਕੀ ਹਾਂਜੀ ਰੋਂਦੇ ਮਰਦ ਬਨ ਨੂੰ ਡੁੱਬ ਕੇ ਮਰ ਜਾਓ ਐਡੇ ਤੁਸੀਂ ਚਾਚਾ ਨਾ 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 ਓ ਚਾਚਾ ਨਾ 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 ਚਾਚਾ ਲੱਖ ਦੀ ਲਾਹਨ ਚ ਓਏ ਤੇ ਮੈਂ ਨਵੀਂ ਨੁਕਰਾਣੀ ਰੱਖੀ ਹੈ ਨਵੀਂ ਨੁਕਰਾਣੀ ਰੱਖੀ ਹਾਂ ਤੇ ਪਹਿਲੇ ਦੱਸ ਅਸੀਂ ਤੇ ਡਰਾਮਾ ਕਰਨ ਲਿਆ ਸਾਂ ਸੁਲਫਾ ਨਾਲ ਖੇਡਨੇ ਆ ਤੇਰੀਆਂ ਅੱਖਾਂ 'ਚ ਮੈਨੂੰ ਆਪਣਾ ਫਿਊਚਰ ਨਜ਼ਰ ਆ ਰਿਹਾ ਮੈਂ ਸੋਚਿਆ ਨਹੀਂ ਕਿ ਜਵਾਨ ਤਗੜੇ ਮੁੰਡੇ ਡੁੱਬ ਕੇ ਮਰ ਜਾਣਗੇ ਉਹ ਜਵਾਨ ਤਗੜੀਆਂ ਰੋਂਦੇ ਮਰਦ ਬਣਨ ਨੂੰ ਉਹ ਮਰਦੀਆਂ ਨਹੀਂ ਯਕੀਨ ਆਂਦਾ ਜਾ ਕੇ ਦੀ ਵਾਲਦਾ ਜਾ ਕੇ ਦੀ ਵਾਲਦਾ ਕੋਲੋਂ ਪੁੱਛ ਕੀ ਚੋਰੀ ਨੀਫ ਦਾ ਕੁੱਕੜ ਕਿਸ ਤਰ੍ਹਾਂ ਆ ਸੀ ਜੀ ਬੰਦ ਕਮਰੇ ਨੇ ਪਿਆਰ ਕਰਨਗੇ ਮਰਦ ਵੇ ਇਧਰ ਆ ਆ ਉਹ ਗੁਨਾਹ ਹੁੰਦਾ ਹੀ ਹੈ ਰੋਂਦੇ ਮੁੰਡੇ ਬਣਨ ਨੂੰ ਤੂੰ ਮੁੰਡਾ ਹੈ ਤੂੰ ਮਰਦੇ ਓਏ ਅਸੀਂ ਤੇ ਮਰਦਾ ਕਿੱਥੇ ਮਰਦੇ ਆ ਜਨਾਨਾ ਛੱਡ ਇਧਰ ਆਓ ਜਰਾ ਇਧਰ ਆਓ ਜਰਾ ਐ ਵੇ ਬੁੱਲੜ ਆਪ ਨੂੰ ਮੇਰੇ ਤੇ ਇਹ ਤਾਂ ਬੁੱਲ ਵੀ ਤਾਂ ਦੇਖਣਾ ਆਪਣੇ ਤੇ ਬੁੱਲ ਜੈਨੂਅਨ ਨੇ ਬੇਟਾ ਜਿਹੜਾ ਇਹ ਆਪਣੇ ਬਣਵਾਏ ਤੇ ਨਹੀਂ ਹੋਏ ਹਾਂ ਇਹਨਾਂ ਨੂੰ ਬਣਵਾਉਣੇ ਪੈਂਦੇ ਨੇ ਇਹ ਰੈੱਡ ਬੁੱਲ ਇਹ ਬੁੱਲ ਸ਼ਿਟ ਇਹ ਬੁੱਲ ਲੈਵੇਂ ਨਹੀਂ ਬਣੇ ਇੰਜ ਬਣੇ ਸਾਰੀ ਰਾਤ ਕੁੱਤਾ ਚੂਸਦਾ ਰਿਹਾ ਹਾਂਜੀ ਆ ਸਵੇਰੇ ਜਾ ਕੇ ਛੱਡਿਆ ਇਹਨੂੰ ਤੇ ਤੂੰ ਬਣਦੀ ਕੀ ਆਪਣੇ ਆਪ ਨੂੰ ਹੈ ਸਮਝੀ ਕੀ ਤੂੰ ਤੁਸੀਂ ਰੋਂਦੇ ਮੁੰਡੇ ਬਣਨ ਨੂੰ ਕੀ ਮਰਦ ਤੁਸੀਂ ਕਿੱਥੇ ਤੁਹਾਡੀ ਮਰਦਾਨਗੀ ਚਲੀ ਗਈ ਡੁੱਬ ਕੇ ਮਰ ਜਾ ਡੁੱਬ ਕੇ ਮੈਨੂੰ ਕਿਸੇ ਨੇ ਰੋਕ ਕੇ ਆਣਾ ਨਾ ਹੋਵੇ ਤੈਨੂੰ ਮੈਂ ਛਿੱਲ ਕੇ ਰੱਖ ਲਿਆ ਮੈਨੂੰ ਮੈਂ ਕੀ ਤਰ੍ਹਾਂ ਮੈਂ ਰੋਕ ਭਾਈ ਇਜਾਜ਼ਤ ਦੇ ਦੂਗਰੇ ਤੇਰੀ ਮਿਹਰਬਾਨੀ ਇਹ ਭਾਈ ਵੀ ਕੀ ਇਜਾਜ਼ਤ ਦੇ ਮੈਂ ਕੁਛ ਨਹੀਂ ਹੁੰਦਾ ਕਿ ਰੋਲੇ ਇਜਾਜ਼ਤ ਦੇ ਬਸ ਕਰ ਦੇ ਕੀ ਭਰੇ ਜਾ ਤੂੰ ਭਾਈ ਮੈਂ ਤੈਨੂੰ ਕਰਾਣੀ ਜਾ ਇਜਾਜ਼ਤ ਤੇ ਕੀ ਕਰ ਲੇਗਾ ਤੂੰ ਜਾ ਨਹੀਂ ਚੱਕਰ ਮਾਰ ਦੇਗਾ ਓਏ ਬਸ ਦੇ ਇਜਾਜ਼ਤ ਜੇ ਤੂੰ ਭਰੇ ਹੋ ਗਿਆ ਬਸ ਕਰ ਦੇ ਮੈਂ ਤੇਰੀ ਇੱਜ਼ਤ ਰੱਖਣ ਦਿਆਂ ਜੇ ਮੈਂ ਦੱਸਾਂ ਹਾਂ ਕੀ 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 ਤੂੰ ਦੋਨ ਤੋੜ ਦੇਣਾ ਤੇਰੇ ਉਹਨਾਂ ਨੂੰ ਪਰ ਮੈਂ ਦੱਸ ਦਿੱਤਾ ਹੀ ਨਹੀਂ ਜਾ ਜਾ ਕੇ ਸਾਡੇ ਵਾਸਤੇ ਚਾਹ ਬਣਾ ਕਰ ਲੋਗੇ ਅੰਡੇ ਪਰਾਠੇ ਬਣਾ ਜਾ ਕੇ ਸਾਡੇ ਵਾਸਤੇ ਮੁਝੇ ਅੰਡੇ ਪਰਾਠੇ ਨਹੀਂ ਬਣਾਣੇ ਆਤੇ ਮੁਝੇ ਕੌਫੀ ਬਣਾਣੇ ਆਤੇ ਪਰਾਠੇ ਅਸੀਂ ਬਣਾ ਲੈਣੇ ਤੂੰ ਅੰਡੇ ਦੇ ਜਾ ਕੇ ਓਏ ਮੈਂ ਪਤਾ ਆ ਚੱਲ ਕੁੜੀਏ ਅੰਦਰ ਜਾ ਕੇ ਨਾਸ਼ਤਾ ਓਏ ਤੂੰ ਕੋਲੀ ਚੀਫ ਜਸਟਿਸ ਬੰਨਾ ਚਾਹਤਾ ਹੂੰ ਬੰਨਾ ਚਾਹਤਾ ਹੂੰ ਇਨਸਾਨ ਬਣਿਆ ਨਹੀਂ ਜਾ ਰਿਹਾ ਏਡੀ ਵੱਡੀ ਉਹਦੇ ਤੇ ਚਲਾ ਜਾਏਗਾ ਚੀਪ ਹੈ ਤੂੰ ਹਾਂਜੀ ਜਾ ਕੁੜੀਏ ਨਾਲ ਤਾਂ ਬਸ ਤਾਂ ਇੰਨੇ ਚੋ ਗਈ ਮੈਂ ਜਾ ਰਹੀ ਹਾਂ ਮੇਰੀ ਗੱਲ ਸੁਣੋ ਚੱਤਰ ਜੀ ਹਾਂ ਮੈਂ ਫੇਰ ਆਵਾਂਗੀ ਇੰਜ ਤੂੰ ਜਾਣਾ ਕਿੱਥੇ ਹੈ ਚਾਚਾ ਜੀ ਸਾਡੇ ਤੇ ਬੜੀ ਵੱਡੀ ਆਫਤ ਆ ਗਈ ਓਏ ਆਫਤ ਕੀ ਹੈ ਚੀਕਾ ਕਿਉਂ ਮਾਰਨ ਦਾ ਸੋ ਪੂਰਨ ਮਾਛੀ ਦੀ ਰਾਤ ਅਸੀਂ ਜੰਗਲ ਗਏ ਆ ਇਹਨੇ ਗੋਲੀ ਚਲਾਤੀ ਤੇ ਨਾਗ ਮਰ ਗਿਆ ਤੇ ਨਾਗਨ ਸਾਨੂੰ ਲੱਭਦੀ ਫਿਰਨ ਦੀ ਜੋਗੀ ਨੇ ਕਿਹਾ ਕਿ ਘਰੋਂ ਬਾਹਰ ਨਾ ਨਿਕਲਣਾ ਵਰਨਾ ਜੋਗਨ ਆਪਣਾ ਨਾਗਨ ਨੇ ਆਪਣਾ ਬਦਲਾ ਲੈਣ ਵਾਸਤੇ ਤੁਹਾਨੂੰ ਤਿੰਨਾਂ ਨੂੰ ਕਤਲ ਕਰ ਦੇਣਾ ਓਏ ਐਵੇਂ ਇਕੱਲਾ ਹੀ ਹੁੰਦੀ ਐ ਨੇ ਕਿਹੜੀ ਨਾਗਨ ਨੂੰ ਉਹ ਇਕੱਲਾ ਨਹੀਂ ਆਇਆ ਮੈਂ ਫਿਲਮਾਂ 'ਚ ਵੀ ਵੇਖਿਆ ਇੰਜ ਹੁੰਦਾ ਜੀ ਅੱਛਾ ਨਾਗਨ ਜਦੋਂ ਪਿੱਛੇ ਚੜ ਜਾਣਾ ਇੱਕ ਵਾਰੀ ਆਮ ਨਾਗਨ ਮਾਫਕ ਨਹੀਂ ਓਏ ਤੂੰ ਕਿਉਂ ਨਾਗ ਮਾਰਿਆ ਹੈ ਨਾਗ ਕਿਉਂ ਮਾਰੇ ਉਹ ਕਰਪਸ਼ਨ ਕਰਨ ਡਿਆ ਸੀ ਮਲਾਇਕ ਤੁਸੀਂ ਘਬਰਾਓ ਨਾ ਮੇਰਾ ਬੇਟਾ ਮੇਰਾ ਇੱਕ ਬਜ਼ੁਰਗ ਵਾਕਫ ਹੈ ਮੈਂ ਉਹਨੂੰ ਜਾ ਕੇ ਲਿਆਣਾ ਚਾਚਾ ਜੀ ਕੋਈ ਤਵੀਜ਼ ਲੈ ਕੇ ਦਿਓ ਕੋਈ ਬਾਬਾ ਜੀ ਨੂੰ ਕੋਈ ਦਮ ਕਰਨ ਸਾਡੇ ਕੋਲ ਪਿੱਛੋਂ ਨਾਗਨ ਤੇ ਉਤਰੇ ਉਹ ਫਿਕਰ ਹੀ ਨਾ ਕਰ ਮੈਂ ਉਹਨੂੰ ਲੈ ਕੇ ਆਣਾ ਤੂੰ ਦਮ ਕਰ ਦੇ ਮਰਨਾ ਵੀ ਨਹੀਂ ਤੇ ਤੋਬਾ ਕਰ ਲਈਏ ਵੀਰੇ ਪ੍ਰੋਬਲਮ ਆ ਜਾਣੀਆਂ ਨੂੰ ਛੋਕਾਂ ਦੇ ਫੋਨ ਨਹੀਂ ਆਉਣ ਤੇ ਉਹਨਾਂ ਨੂੰ ਫੜ ਗਿਆ ਮੋਈ ਕਿਹੜਾ ਦਾ ਆਇਆ ਮੇਰੇ ਵਾਲੀ ਦਾ ਫੋਨ ਕੀ ਕਰਦੀ ਹੈਲੋ ਹੈਲੋ ਕੈਸਰ ਹਾਂਜੀ ਬਾਜੀ ਬਾਜੀ ਹਾਂਜੀ ਭੈਣ ਮੇਰੀ ਏ ਕੌਣ ਬੋਲ ਰਿਹਾ ਮੈਂ ਕੈਸਰ ਬੋਲ ਰਿਹਾ ਮੈਂ ਬਕਵਾਸ ਵੀ ਕਰਨੀ ਮਸਵਾਕ ਵੀ ਕਰਨੀ ਮੈਂ ਤੇਰੇ ਨਾਲ ਪਿਆਰ ਕਰਨਾ ਮੈਂ ਤੇਰੇ ਕੋ ਬੰਦਾ ਲੱਭ ਦੇਣਾ ਮੈਂ ਨਹੀਂ ਇੱਥੇ
ਉਹਨੇ ਬਚ ਜਾਣਾ ਜੀ, ਤੂੰ ਰਗੜਿਆ ਜਾਣਾ ਜੀ। ਗੱਡੀ ਤੇ ਰਲ ਦਾ ਬਲਬ ਲਗਾ ਹੁੰਦਾ। ਅੱਛਾ ਤੁਹਾਡਾ ਖਾਣਾ ਖਰਾਬ ਹੋਵੇ। ਬਾਬਾ ਉਹਨਾਂ ਨੇ ਨਹੀਂ ਹੋਣਾ, ਤੂੰ ਮੈਨੂੰ ਬਚਾ। ਬਾਬਾ ਜੀ ਵੋਟ ਨੂੰ ਇੱਜ਼ਤ ਦਿਓ। ਸ਼ੂਰ ਬਲਾਕੀ ਮਾਲਕ ਸ਼ਿੰਦੀ ਬੁੱਢੀ ਰਾਜੀ ਇੱਕ ਦੇ ਡੂ ਡੂ ਦੇ ਚਾਰ ਸ਼ੂ ਛਪਕ। ਥੋੜਾ ਜਿਹਾ ਲੱਗ ਗਿਆ ਕਿ ਛਪਕ ਕਰ ਲਾ, ਮੈਨੂੰ ਬਚਾਓ। ਮੈਂ ਬਚਣਾ ਚਾਹੀਦਾ, ਛਪਾਕ ਜਿੰਨੀ ਮਰਜ਼ੀ ਵਾਰੀ ਕਰੋਗੇ। ਮੰਤਰ ਕੇ ਬੀਚ ਨਾ ਬੋਲ ਬੱਚੇ, ਮੰਤਰ ਕੇ ਬੀਚ ਬੋਲਾ, ਮੰਤਰ ਇਧਰ ਉਧਰ ਹੋ ਜਾਤਾ। ਸ਼ੂਨ ਬਲਾ ਕੀ ਮਾਲਕ ਸ਼ਿੰਦੀ ਨਾ ਕਰ। ਓਏ ਬਾਬਾ, ਜੇ ਦਮ ਕਰਨਾ ਹੈ ਸਾਨੂੰ ਗੰਦਾ ਕਰਨਾ ਹੈ। ਤੁਸੀਂ ਨਾ ਆਵੋ, ਤੁਹਾਨੂੰ ਕੀ ਤਕਲੀਫ ਹੈ, ਤੇਰਾ ਆਓ ਤੁਸੀਂ ਜਿਹੜਾ ਆ ਭਾਈ ਆਓ, ਛਪਕ ਛਪਕ ਕਰੋ। ਆ ਗਏ ਤੁਸੀਂ ਸਾਲਿਆ, ਤੂੰ ਕੀ ਚਾਹਨਾ ਇੱਕ ਦਮ ਹੋ ਜਾਏ। ਵੀਰੇ ਮੈਂ ਜ਼ਿਆਦਾ ਛਪਕ ਕਰਾਵਾਂਗਾ ਤਾਂ ਡਾਇਰੈਕਟਰ ਬਣਾਂਗਾ। ਤੁਹਾਨੂੰ ਕੀ ਹੈ, ਭਾਵੇਂ ਜਿੰਨੇ ਮਰਜ਼ੀ ਹੋਣ, ਤੁਸੀਂ ਮੂੰਹਦੇ ਹੋਏ ਜੇ। ਅਬੇ ਮੰਤਰ ਕੇ ਬੀਜ ਨਹੀਂ ਬੋਲਦੇ ਬੱਚੇ। ਮੰਤਰ ਨਹੀਂ ਬਾਬਾ ਜੀ, ਇਹ ਤੇ ਤੁਸੀਂ ਸਾਡਾ ਅੰਤਰ ਖਰਾਬ ਕਰਨ ਡਏ ਹੋ। ਬਸ ਆਪ ਕੋਈ ਨਾ ਬੋਲੇ ਵਿੱਚ ਵਿੱਚ ਸ਼ਬਰਗੁਲਾ ਆ ਜਾ, ਸ਼ੂਨ ਛਪਕ ਬੇਟੇ ਡਿੱਗੀ ਉੱਪਰ ਕਰ। ਮੈਨੂੰ ਡਰ ਲੱਗਣ ਡਿਆ ਸੀ ਸਾਲਿਆ, ਡਰ ਲੱਗਣਾ ਮੈਂ ਆਪੂ ਤੇਰਾ, ਮਾਮਾ ਸਾਰਾ ਮੇਰਾ ਡਰ ਲਾਤਾ ਏ। ਲੇਕਿਨ ਮੇਰੀ ਬਾਤ ਸੁਣ ਲੋ ਪਹਿਲਾਂ, ਜੋ ਕਹੋਗੇ ਉਂਝ ਹੀ ਕਰਾਂਗੇ। ਉਸ ਤਰ੍ਹਾਂ ਕਰੇਗਾ ਤੋ ਬਾਤ ਇਹ ਹੈ ਕਿ ਆਪਕੋ ਕੋਈ ਗਾਲੀਆਂ ਨਿਕਾਲੇ, ਆਪਕੇ ਸਾਥ ਕੋਈ ਬਦਤਮੀਜ਼ੀ ਕਰੇ, ਆਪਕੇ ਸਾਥ ਜੋ ਵੀ ਕਰੇ, ਆਪ ਨੇ ਆਗੇ ਸੇ ਬੋਲਣਾ ਨਹੀਂ ਹੈ। ਮਤਲਬ ਬਾਤ ਹੋ ਜਾਣਾ, ਬਾਤ ਹੋ ਜਾਣਾ, ਇਹ ਵੀ ਕਰੇਗਾ ਤੋ ਨੁਕਸਾਨ ਹੋਗਾ। ਨਾਗਨ ਦੱਸੇਗੀ ਬੱਟੇ, ਨਾਗਨ ਦੱਸੇਗੀ ਬਚਣਾ ਨਾਗਨ ਸੇ। ਠੀਕ ਹੈ ਬਾਬਾ ਜੀ, ਸਮਝ ਆ ਰਹੀ ਨਾ ਪੁੱਤੀ ਰਹਿਣ ਕੇ ਬੱਚੇ। ਓ ਤੇਰੀ ਬਾਣ ਕੀ ਤਿਲਕਣੀ ਮਾਂ ਕੇ ਤੇਰੀ ਬਾਣ ਕੀ, ਮੈਂ ਤਮੀਜ਼ ਕਰਾਂ ਬਾਬਾ। ਨਾਗਨ ਦੱਸੇਗੀ ਅੰਨੀ ਖਲੋਸਣੀ ਕੇ ਬੱਚੇ, ਆਗੇ ਸੇ ਬੋਲਣਾ ਨੂੰ ਚੁੱਪ। ਓਏ ਦਮ ਨਹੀਂ ਕਰਨਾ ਹੈ, ਇਹ ਆਪਣਾ ਕੋਈ ਬਦਲਾ ਲੈਣ ਆਇਆ ਸਾਲਾ। ਤੈਂ ਕਿਆ ਦੇਖ ਰਿਹਾ ਅਸਤਰੀ ਲੁੰਡੀ ਕੇ ਬੱਚੇ, ਬੱਤਰੀ ਫੋਨ ਕੀ ਤਰੀ ਤੇਰੀ। ਉਹ ਨਾਗਨ ਦੱਸ ਲੇਗੀ ਇੰਨੀ ਖਰਗੋਸਰੀ ਕੇ ਬੱਚੇ, ਅਬੇ ਖੁਸਰੀ ਕੇ ਬੀਜ। ਅਰੇ ਤੈਂ ਕਿਆ ਸੋਚ ਰਿਹਾ ਗਮਸੈਲੀ ਮਾਰ ਕੇ ਬੱਚੇ। ਇਹਨੂੰ ਵੀ ਕਰ ਦੇਣਾ ਬਾਬਾ, ਬਾਅਦ ਚੋਂ ਸਾਨੂੰ ਵੀ ਗੰਦਾ ਕਰਦਾ ਹੈ। ਅਬੇ ਦੇਖਤਾ ਕੀ ਹੈ, ਪਿਛੀਰਾ ਘੰਟੀ ਕੇ ਬੱਚੇ, ਤੇਰੀ ਬਾਣ ਕੀ ਤਰੀ ਕੀ। ਬਸ ਸਮਝ ਨਹੀਂ ਆ ਰਹੀ, ਸਮਝ ਨਹੀਂ ਆ ਰਹੀ ਨਾ, ਕਿੱਥੇ ਕੁਛ ਵੀ ਲਿਖਿਆ ਨਾਗਨ ਨੇ ਜਿਹੜੀ ਰਾਤ ਕਬਰ ਸੀ ਉਹ ਕਬਰ ਸੀ। ਆਹੋ ਤੁਸੀਂ ਆਪਾਂ ਮੁਸਲਸਲ ਨਾਚਣ ਵਾਲੀ ਮਾਂ ਕੇ ਬੱਚੇ, ਉਹ ਬਿਲਾ ਵਜ੍ਹਾ ਹੱਸਣ ਵਾਲੀ ਔਰਤ ਕੀ ਔਲਾਦ, ਉਹ ਬਗੈਰ ਤੂੰ ਸਹਿਲੀ ਮਾਂ ਕੇ ਬੱਚੇ, ਨਹੀਂ ਤੇ ਕੋਸ਼ਿਸ਼ ਤੂੰ ਲਾਗ ਪੜਜੂ, ਮੈਂ ਤੇਲ ਲਗਾ ਕੇ ਤੇਰੀ ਭਾਣ ਕੀ ਓਏ।
मेरी बात की समझ नहीं आ रही, मुझे बेटी चाहिए एक नुक्कड़ घर की। अच्छा वहाँ पे बैठ के मैं चिल्ला करूंगा, जो जो चीजें मंगाऊंगा मैं वो चीजें आपने मुझे ला कर देनी है। जो मंगोगे बाबा जी आएगा। बस ठीक है, नागन तो जान छुड़ा, नागन से जान छुट जाएगी। बाथरूम लैके जाओ कर रही। इन्हें किया तो सारे ने दौड़ जाना ही। ये नागण है कि साड़िया हवावान चेक करना आई है। हेलो मूं थानी करना इंसान बनिया एक दिन मैं सुख का नहीं गुजारिया, दुख ते भुख ने मेरी जान ही नहीं छड़ी। जो सबसा ते सोने रब दे आसरे ते सा, किसी गल दा खौफ ही नहीं सी, ना दुख दा ना भुख दा ना मरण दा ना जीन दा। जो इंसान दे आसरे ते आईया दिल च खौफ ही नहीं जांदा। इन्हां ते मैं मुझी जानवर को नहीं सा डरदी, जिन्ना मैं इंसान बोल के ना इंसाना तो डरन नहीं है ना इंसाना तो तेरे बच्चे भी आए ने। ना जी ना छोटे छोटे सपोलिए बैठे तीन चार पीछे। आंटी नागन है घबरा ना, देख अगर तू इंसानी रूप चाहिए तो तू तंग होई है। इहदा मतलब यह नहीं कि सारी इंसानियत खराब है, सारे इंसान खराब ने। दुनिया के अगर बुरे लोग हैं तो अच्छे भी हैं जिन्हें वजह तो दुनिया चलती पई है। अच्छाई है तो दुनिया चल रही है, तू बेफिक्र हो जा, तेरे नाल अच्छा ही होएगा। तू इस घर च आई है ना, तेरे नाल असीं अच्छा सलूक करांगे। टेंशन नहीं लेना, कोई कोई नहीं होंदी। इजी हो जाओ खलां ही तुसीं। हां ताड़ियां शमीज़ां मेरे वाल सारियां मैं लैके देंगा, असीं तेरी शादी करा देंगे, तेनू इस घर च रखांगे। शादी करा देंगे ओहदे कोलों पुछ ते लै भी सारा कुछ चेंज हो गया कि नहीं। अगले दिन आखरी रात आखरी चाची तेरी शादी लगी होने जवान पुत्र भी तीन चार दिते तेरे तो भी बड़े ने, तेरे तो भी बड़े ने। रेडीमेड मैं क्या काल सुन ए मेरा ब्याह होना है। हां ए मेनू ए मेनू बहुत ही ने काल सुन। हां तेरा चाचा कभी जिंदगी च मेनू दुख तो नहीं देगा? नहीं ना दुख देगा ना तकलीफ देगा, सब तो बड़ा तो नहीं ना हैगा। तेरी गल ना तेरी देखो चाचा के चाचा को टाइम दियो। हां चलो चाचा जी जिंदा रहो ए जिंदगी इंजॉय 4 बजे का ऐलान करा देना। 4 बजे आज मेरे बच्चे ने मेरे बारे ही सोचे है मान ना, और तुसी आए हो तो मेरी जिंदगी बाहर आ गए। ताड़ा डंग कड़ी है ना? पता नहीं बड़ा चिर हो गया मारे हैं, पता कर लांगे। अंग मारे हैं? वैसे आज दी शाम सुरमई हो। कैसा?
ਤੇ ਜਾ ਰਹੇ ਹਾਂ ਕਿੰਨੀਆਂ ਖਜੂਰਾਂ ਚਾਹੀਦੀਆਂ ਮੇਰੀ ਜਾਨ ਛੱਡ ਦੇ ਅਸੀਂ ਅੱਗੇ ਮਰਨ ਵਾਲੇ ਹੈਗੇ ਆ ਨਾਗਨ ਸਾਡੇ ਪਿੱਛੇ ਪਈ ਹੈਗੀ ਹੈ ਕੌਣ ਸੀ ਨਾਗਨ ਤੂੰ ਸਭ ਮਾਰ ਕੋ ਮਰ ਗਿਆ ਸੀ ਤੂੰ ਨਾਗਨ ਲੱਗ ਰਹੀ ਹੈ ਮੈਨੂੰ ਕਿਸ ਨਾਮ ਕੇ ਦੌਰ ਮੇ ਕੌਣ ਸੀ ਬਾਤਾਂ ਕਰ ਰਹੇ ਹੋ ਲੈ ਜਾ ਤੇ ਦਵਾ ਜਾ ਤੂੰ ਮੈਨੂੰ ਮਾਰਨਾ ਚਾਹਨੀ ਹੈ ਮੈਂ ਨਾਗਨ ਨਹੀਂ ਹਾਂ ਧੋਖੇ ਬਾਜ਼ ਹੈ ਅਤੇ ਤੇਰੀਆਂ ਖਰਚ ਮੇ ਨਜ਼ਰ ਆ ਰਿਹਾ ਕਿ ਡੰਗ ਦਾ ਵੇਚਦੇ ਸੀ ਨਹੀਂ ਅਲੈਂਸ ਲਾਇਆ ਕਿ ਬਗੈਰਤੀ ਹੈ ਕੀ ਹੈ ਜੋ ਵੀ ਹੈ ਤੂੰ ਮੈਨੂੰ ਮਾਰਨਾ ਚਾਹਨੀ ਹੈ ਮਤ ਕਰੋ ਮੇਰੇ ਸਾਥ ਬੇਵਫਾਈ ਮਤ ਕਰੋ ਮੈਂ ਚੱਲ ਬੇਵਫਾਈ ਸਹੀ ਹੈ ਮੈਂ ਯਹਾਂ ਸੇ ਜਾ ਰਹੀ ਹੂੰ ਔਰ ਮੈਂ ਯਹਾਂ ਤੇ ਬਮ ਫਾੜ ਕੇ ਜਾਉਂਗੀ ਆਣਾ ਤੂੰ ਮੈਂ अपने नाम दस दसा मिनट तुहाडे कोल आ रहे हैं राणा जी जैसा हां जी कैसर पिया बोल रहे हैं दसा मिनट तुहाडे कोल आ रहे हैं तारे जिम्मी आ रहे हैं हां जी ओके ओके आ करो जी हां जी ओके हो गया जी लो जी हां जी कौन सी है आ जेडे बगैर नकाह तो बंदे हुए सन ना उनां दी मर्दमशुमारी हो रही है ते जेदे नाल गल कराई है ओदा लिखना ना सी यार तू पागल हो गया बचपन दे यार है गए बचपन दे यार सारीयां गल्लां भूल गए यार हाय की मजे यार की मजे आंदे सन है ना क्या बात है हाय हाय एक बार करी याद है हां हां जिस दिन मैं क्या साल है आहो आहो तू का ले लिया मैं क्या हाल है मैं तेरे 500 रुपया देता है क्या फड़ जा जिंदगी एंजॉय कर साले आखिर गल पहले करया कर ओ यार जदे आ ना तो कपड़े पा तू की हाल कपड़े का दे नहीं यार और करना की याद है तेनु ओ पिछले साल अपन चोरियां इकट्ठे ही करदे हुंदे सी चोरी करने का फड़े गए इन्हू तो उन्होंने खोते ना बन दिता मैं तो कंध टप के निकल गया सी तेरी खोते ना की मुकी सी खोता मैं नाल लैंदा निगाह जा दे हैगा सी अच्छा जी पढ़ाया लिखाया एनकल वातियां मजे से जिंदगी अंदर कपड़ा बदलने हैं अच्छा जी आ जा हुन ते कपड़ा बदल ओ कालिया ओ ते भी इथे ही एक चवली है बड़ा बगैर सी भी जात मैं इनू देख के लोकी मल्ले वाले ना अपनी दुकाना बंद कर लेंदे सन ओ क्यों सौदा जठ मारदा सी चल आ तू कपड़े आ जा ते गंदे होए कपड़े को तू नवे तेनू देने मेरे तू टेंशन ही लेनी अच्छा अपने नहीं मनु Thank you.
मरना तो है, चारे ही हमला कर दियो आज। वेखी जाएगी जो भी। चाचा नीला होया होगा की नीला मुंह चो झग्गा तीन मन दुध किथे गई और नागन है बेवकूफ बनाया बेवकूफ बड़े चलाक बनते सो दस प्यार प्रवान नहीं चढ़ता वो प्रवान चढ़ गया शादी कर ली कोई सप सुप नहीं हुंदा क्यों डर दे हो आई सब तुसी लोकां ने साडा ड्रामा कीता ऐ नहीं जोगी मगर लाया सी जोगी तुसी मगर लाया सी सप सुप कोई नहीं हुंदा बेटा जी डरना छड़ दे हो असी भी कहन नहीं नागना ना एंजॉय कर रहे सानू नहीं पता इस गल दा कि केड़ा जमाना जा रहा इस तरह दी गल हो ही नहीं सकदी नाले साडे सरकार सल्लम ने जो दुआ मंगी सी कि रब अल इज्जत मेरी उम्मत दी कदी शक्ल ना बिगड़े ते अल्लाह पाक ने वादा कबूल कीता सी इस दुआ नु कबूल कीता सी अल्लाह तआला ने कहा सी कि अज तो बाद इस उम्मत दी शक्ल नहीं बिगड़ेगी ना कोई बांदर बनेगा ना कोई सप बनेगा लेकिन इसके बावजूद असी लोग फिर शिरक करने हैं फिर असी दखिया नु असी गल्लां करने हैं फिर यकीन करने हैं कि नागन है सप है कोई इंसानी शक्ल जा जाएगा हालांकि ऐसा है कुछ नहीं हर बंदे के अंदर एक जानवर हुंदा उहदा इस्तेमाल करना सिर्फ बंदे के अपने अख्तियार च हुंदा अच्छा इस्तेमाल करोगे तो तुहाडे नाल अच्छा होएगा उहदा बुरा इस्तेमाल करोगे तो लोग भी तुहाडे नाल बुरा ही करेंगे वेल डन वेरी गुड भाई मेरा भतीजा हुण समझदार हो गया वेरी गुड तुहानू मुबारक होए आओ अंदर चलिए सारे स्वागत मनाने आ जाओ